ਤੁਸੀਂ ਕਰੋ ਜੀ ਪ੍ਰਾਹੁਣੇ ਕੋਲ ਜਾਣ ਦੀ ਤਿਆਰੀ। ਚੱਲ ਬਿਕੋ ਜੀ ਆਪਾਂ ਕਰੀ ਤਿਆਰੀ ਹੁਣ। ਕਰਦੇ ਸਾਨੂੰ ਸਕੂਲ ਪੜ੍ਹਨ ਵਾਸਤੇ ਭੇਜਦੇ ਹੁੰਦੇ ਸੀ, ਅਸੀਂ ਰੋਜ਼ ਉੱਥੇ ਲੜ ਕੇ ਕਿਸੇ ਨਿਆਣੇ ਦਾ ਇੰਜਣ ਖਲਾਰ ਕੇ ਆ ਜਾਣਾ। ਜਿਨ੍ਹਾਂ ਦੇ ਇੰਜਣ ਖਲਾਰੇ ਉਦੋਂ ਸਾਡੇ ਪੜ੍ਹ ਕੇ ਅਫਸਰ ਲੱਗ ਗਏ, ਅਸੀਂ ਹੁਣ ਲੋਕਾਂ ਦੇ ਇੰਜਣ ਹੀ ਕਸਮ ਤੇ ਲੱਗੇ ਹੋਏ ਹਾਂ। ਓਏ ਆਪਣਾ ਪੁਰਾਣਾ ਬੇਨਤੀ ਆ, ਕੀ ਹਾਲ ਆ ਪੁਰਾਣਿਆ? ਓ ਬੱਲੇ ਬੱਲੇ ਬਾਈ ਗੁਲਾਬ ਸਿਆਂ, ਕਿਆ ਹਾਲ ਚਾਲ ਹੈ? ਸਾਲੇ ਹਰ ਵੀ ਆਈ ਅੱਜ ਤਾਂ, ਉਹ ਕਿਤੇ ਨੀ ਲਿਬੜਦਾ ਪਾਲਾ ਜੱਫੀ ਘੁੱਟ ਕੇ ਪਾਲਾ। ਹੋਰ ਨਾ ਚਿੱਠੀ ਨਾ ਟੈਲੀਫੋਨ, ਕਿਵੇਂ ਇਨਕਮ ਟੈਕਸ ਵਾਲਿਆਂ ਕੋਲ ਛਾਪਾ ਮਾਰਿਆ? ਮੈਂ ਕਿਹਾ ਅੱਜ ਪ੍ਰਾਹੁਣੇ ਦੇ ਛਾਪਾ ਮਾਰ ਹੀ ਆਉਣੇ। ਚਲੋ ਮਾਰ ਲਓ ਛਾਪਾ, ਸਾਡੇ ਕੀ ਲੱਭਣਾ ਇੱਥੋਂ? ਜਾਂ ਗਰੀਸ ਹੈ ਜਾਂ ਆ ਗਰੀਬ ਹੈ। ਪ੍ਰਾਹੁਣਿਆ ਤੇਰੇ ਵਰਗੇ ਨਾ ਪੰਜ ਸੱਤ ਗਰੀਬ ਹੋਰ ਚਾਹੀਦੇ ਆ। ਅੱਛਾ ਆਪਦੀ ਭੈਣ ਨੂੰ ਪੁੱਛ ਲਓ ਹੋਰ ਪੰਜਾਂ ਸੱਤਾਂ ਦੇ ਫੁਲਕੇ ਲਾ ਲੂ ਕਿ ਨਹੀਂ, ਮੇਰੇ ਤਾਂ ਮਸੀਂ ਲਾਉਂਦੀ ਆ। ਜੀਜਾ ਵੀ ਨਾ ਭੰਡਾਂ ਕੋ ਗੱਲ ਥੱਲੇ ਨਹੀਂ ਡਿੱਗਣ ਦਿੰਦਾ। ਆਪਾਂ ਭੰਡਾਂ ਤੋਂ ਘੱਟ ਹੈ, ਪੁੱਛ ਲੈ ਬਾਈ ਗੁਲਾਬ ਸਿੰਘ ਤੂੰ, ਆਪਣੇ ਵਿਆਹ ਦੇ ਵਿੱਚ ਆਪਣੇ ਵਿਆਹ ਦੀ ਵਧਾਈ ਵੀ ਮੈਂ ਆਪ ਹੀ ਮੰਗੀ ਸੀ। ਲੈ ਜਾਂਦਾ। ਚੱਲ ਚੱਲ ਪ੍ਰਾਹੁਣਿਆ ਹੋਰ ਸੁਣਾ ਕਿਵੇਂ ਆ? ਪ੍ਰਾਹੁਣਾ ਕਾਇਮ ਹੈ, ਨਾਟ 11 ਵਾਂਗੂ 8-8 ਮਾਰਦਾ। ਆ ਜਾਓ ਅੰਦਰ ਨੂੰ। ਚਲੋ ਚਲੋ ਆ ਜਾ। ਭਾਬੀ ਸਦਕੇ ਜਾਵਾ, ਅੱਜ ਵੀ ਰੇਨੂੰ ਕਰਦਾ ਰਾ ਕਿਵੇਂ ਯਾਦ ਆ ਗਿਆ। ਸਤਿ ਸ਼੍ਰੀ ਅਕਾਲ ਭਾਬੀ, ਠੀਕ ਹੈ? ਸਤਿ ਸ਼੍ਰੀ ਅਕਾਲ। ਆ ਜਾਓ ਆ ਜਾਓ। ਸਤਿ ਸ਼੍ਰੀ ਅਕਾਲ ਮਾਮੀ ਜੀ, ਸਤਿ ਸ਼੍ਰੀ ਅਕਾਲ ਮਾਮਾ ਜੀ। ਸਤਿ ਸ਼੍ਰੀ ਅਕਾਲ ਪੁੱਤ, ਠੀਕ ਹੈ ਤੂੰ? ਹਾਂਜੀ। ਮੈਂ ਚਾਹ ਬਣਾ ਕੇ ਲੈ ਕੇ ਆਉਂਦੀ। ਛੱਡ ਚਾਹ ਨੂੰ, ਬੈਠ। ਹੋਰ ਸੁਣਾ ਕਿਵੇਂ ਆਉਣੇ ਹੋਏ ਬਾਈ ਗੁਲਾਬ ਸਿੰਘ? ਲਿਆ ਵੀ ਦੇ ਡੱਬਾ, ਆ ਲੈ ਲੈ, ਪਹਿਲਾਂ ਮੂੰਹ ਮਿੱਠਾ ਕਰ। ਖੁਸ਼ਖਬਰੀ ਹੋ ਗਈ ਐਸ ਉਮਰੇ? ਫੁੱਟੇ ਮੂੰਹ ਕੀ ਬੋਲੀ ਜਾਂਦਾ? ਨਹੀਂ ਪ੍ਰਾਹੁਣਿਆ ਤੁਸੀਂ ਵੀ ਨਾ ਬਸ। ਇਹ ਗੁਰਮੰਦੇ ਯੂਕੇ ਚ ਨਾ ਕੁੜੀ ਲੱਭ ਲਈ ਆ, ਉਹ ਵੀ ਪੱਕੀ ਵਿਆਹ ਕਰਨ ਲਈ। ਆ ਬਣੀ ਨਾ ਗੱਲ, ਹੈ ਗੱਲ ਸੁਣੋ ਰਿਸ਼ਤੇਦਾਰਾ, ਇਸ ਖੁਸ਼ੀ ਦੇ ਮੌਕੇ ਤੇ ਨਾ ਫਿਰ ਮੂੰਹ ਮਿੱਠਾ ਕਰਾਇਆ ਨੀ ਸਰਨਾ, ਕੌੜਾ ਵੀ ਕਰਵਾ ਦਾਂਗੇ। ਇੱਥੇ ਰੱਖ ਲੈ ਸੁਖੀ, ਮੁਬਾਰਕਾਂ ਵੀ ਤੈਨੂੰ, ਹਰ ਭਤੀਜ ਦੇ ਵਿਆਹ ਦੀਆਂ ਤਿਆਰੀਆਂ। ਸਲਾ ਵਧਾਈਆਂ ਨਾ। ਕੁੜੀ ਕਹੀ ਜੀ ਹੈ ਬਾਲੀ ਦੀ, ਸੋਹਣੀ ਹੈ, ਫੋਟੋ ਦਿਖਾਓ ਕੁੜੀ ਦੀ। ਦਿਖਾਉਣਾ ਲੈ ਵੀ ਪ੍ਰਾਹੁਣਿਆ, ਪਹਿਲਾਂ ਤੂੰ ਵੇਖ। ਉਹ ਮੈਂ ਤਾਂ ਵਤੀਲੇ ਚ ਪੈ ਛੋਲੇ ਬਿਨਾਂ ਖਾਦਿਆਂ ਦੱਸ ਦਿਆਂ, ਮਿਰਚ ਘਾਟਾ ਜਾਂ ਵਾਧਾ? ਉਹ ਐਵੇਂ ਨਹੀਂ ਮਿੱਠੇ ਹਲਵਾਈ ਦੀਆਂ ਲੋਕੀ ਤਰੀਫਾਂ ਕਰਦੇ। ਭਾਵੇਂ ਮੈਂ ਆਪ ਸਿਹਤ ਦਾ ਕਮਜ਼ੋਰ ਹਾਂ, ਪਰ ਪੂਰੇ ਇਲਾਕੇ ਨੂੰ ਖੋਆ ਖਿਲਾ ਖਿਲਾ ਕੇ ਨਾ ਮੈਂ ਗੁਲਗਰੇ ਵਰਗਾ ਕੀਤਾ ਪਿਆ ਆ। ਪੁੱਤ ਕੁੜੀ ਸੋਹਣੀ ਲੱਗੀ? ਓ ਹਾਂ ਕੁੜੀ, ਉਹ ਬੇਬੇ ਕੁੜੀ ਤੇ ਮੁੰਡੇ ਦੀ ਜੋੜੀ ਜਮਾ ਚਮ ਚਮ ਵਾਂਗੂ ਲੱਗੂ। ਸ਼ੁਕਰ ਹੈ, ਪਰ ਮਿਰਚ ਥੋੜੀ ਤੇਜ਼ ਆ। ਕੀ ਮਤਲਬ? ਉਹ ਬੇਬੇ ਮਤਲਬ ਸਾਫ ਆ, ਸਬਜ਼ੀ 'ਚ ਤੇਜ਼ ਮਿਰਚ ਪੈ ਜਾ ਨਾ, ਰਾਤ ਨੂੰ ਤਾਂ ਬੰਦਾ ਤੰਗ ਹੁੰਦਾ ਹੀ ਆ, ਸਵੇਰੇ ਉਸ ਤੋਂ ਵੱਧ ਹੁੰਦਾ। ਤੁਸੀਂ ਤੰਗ ਹੋਣਾ? ਮੈਂ ਸਮਝੀ ਨਹੀਂ। ਤੇਜ਼ ਮਿਰਚ ਬੰਦੇ ਦੀਆਂ ਤੇ ਤੇਜ਼ ਨੂੰ ਸੱਸ ਦੀਆਂ ਪੁੰਛਾਂ ਚਗਾਉਂਦੀਆਂ ਪੁੰਛਾਂ, ਤੁਸੀਂ ਚਗਾਉਣੀਆਂ? ਹਾਏ 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 ਓਏ ਰੱਬਾ, ਕਿਉਂ ਤੁਸੀਂ ਮੰਮੀ ਜੀ ਨੂੰ ਡਰਾਈ ਜਾ ਰਹੇ ਹੋ? ਮੈਨੂੰ ਤਾਂ ਮਿਰਚ ਮੇਰੇ ਕਹਿੰਦਾ ਮਤਲਬ ਕੁੜੀ ਬੜੀ ਸਾਊਜੀ ਲੱਗੀ ਆ। ਠੀਕ ਆ ਫਿਰ ਜਾ ਕੇ ਮਿਰਚ ਮੰਗਦਾ ਤਾਂ ਪਾ ਦਿਓ, ਪਰ ਗਾ ਕੇ ਮੋੜਨਾ ਨਹੀਂ ਚਾਹੀਦਾ। ਰੋਣਿਆ ਹਾਂਜੀ, ਜੇ ਗੁੱਸਾ ਨਾ ਕਰੇ ਤੇ ਵਿਆਹ ਆਪਾਂ ਛੇਤੀ ਰੱਖ ਲਈਏ। ਪਾਪਾ ਜੀ ਕਿੱਦਾਂ ਦੀਆਂ ਗੱਲਾਂ ਕਰਦੇ? ਉਹ ਜਿੰਨੀ ਵਿਆਹ ਦੀ ਖੁਸ਼ੀ ਹਲਵਾਈਆਂ ਦੇ ਭੰਡਾਂ ਨੂੰ ਹੁੰਦੀ ਹੈ ਨਾ, ਓਨੀ ਖੁਸ਼ੀ ਤਾਂ ਵਿਆਹ ਦੇ ਮੁੰਡੇ ਨੂੰ ਨਹੀਂ ਹੁੰਦੀ। ਪਰ ਉਹ ਵਿਆਹ ਵਿੱਚ ਹਲਵਾਈਆਂ ਦੀ ਸਾਰੀ ਟੀਮ ਮੇਰੀ ਜਾਊਗੀ। ਬੇ ਪੁੱਤ ਆਰਡਰ ਤਾਂ ਸਾਰੇ ਤਾਂ ਹੀ ਭੁਗਤਾਉਣੇ ਨੇ, ਪਰ ਜਲੇਬੀਆਂ ਤੀਰ ਵਾਂਗ ਸਿੱਧੀਆਂ ਹੋਣੀਆਂ ਚਾਹੀਦੀਆਂ ਨੇ। ਦੇਖ ਬੇਬੇ, ਤੇਰੇ ਕੋਲ ਬਹੂ ਭਾਵੇਂ ਸਿੱਧੀ ਹੋਵੇ ਨਾ ਹੋਵੇ, ਪਰ ਮੇਰੀ ਜਲੇਬੀ ਜਮਾ ਤਕਲੇ ਵਾਂਗੂ ਸਿੱਧੀ ਹੋ। ਸ਼ੁਕਰ ਹੈ ਮਾਲਕ ਦਾ, ਮੇਰੇ ਭਰਾ ਦੇ ਵੀ ਸੇਰੀ ਲੱਗਣਗੇ। ਚਲੋ ਜੀ ਫਿਰ ਕਰੋ ਤਿਆਰੀਆਂ। ਡੈਡੀ ਜੀ ਪੈਰੀ ਪਹਿਨਾ? ਓਏ ਤੇਰੇ ਪੈਰੀ ਪੈਂਦਾ ਤਾਂ ਮੈਨੂੰ ਪਤਾ ਨਹੀਂ, ਪਰ ਰਿਸ਼ਤੇਦਾਰ ਸਾਰੇ ਮੇਰੇ ਗੱਲ ਪਈ ਜਾਂਦੇ ਆ। ਤੈਨੂੰ ਸਾਰੇ ਪੁੱਛਦੇ ਆ ਮੁੰਡੇ ਕੁੜੀ ਨੇ ਕਦੋਂ ਆਉਣਾ, ਮੁੰਡੇ ਕੁੜੀ ਨੇ ਕਦੋਂ ਆਉਣਾ, ਦੱਸ ਕਦੋਂ ਆ ਰਿਹਾ। ਡੈਡੀ ਜੀ ਅਸੀਂ ਇੰਡੀਆ ਆ ਕੇ ਕੀ ਕਰਨਾ? ਅੱਛਾ ਨੰਦਾ ਤੇ ਕੌਣ ਮਿੱਠੂ, ਮੈਂ ਤਾਂ ਤੇਰੀ ਮਾਂ। ਗੱਲ ਸੁਣ, 5 ਤਰੀਕ ਨੂੰ ਤੇਰਾ ਵਿਆਹ, 2 ਅੱਜ ਹੋ ਗਈ ਆ, 3 ਦਿਨ ਬਾਕੀ ਆ, ਤੇਰੀ ਸੁਰਤ ਟਿਕਾਣੇ ਆ? ਡੈਡੀ ਜੀ ਮੇਰੀ ਸੁਰਤ ਤਾਂ ਟਿਕਾਣੇ ਆ, ਪਰ ਮੈਨੂੰ ਲੱਗਦਾ ਤੁਹਾਡੀ ਸੁਰਤ ਟਿਕਾਣੇ ਨਹੀਂ ਹੈਗੀ। ਵਿਆਹ ਇਸ 5 ਦਾ ਨਹੀਂ, ਅਗਲੇ ਮਹੀਨੇ ਦੀ 5 ਤਰੀਕ ਦਾ, ਨਾਲੇ ਉਹ ਵੀ ਯੂਕੇ 'ਚ। ਹੈਂ ਵਿਆਹ ਕੇ ਆਖੀ ਜਾਣਾ,
मैं इतने हलवाई कमले की आ रिश्तेदार सारे कट्ठे कर लिया दो मन बूंदी कटाई आदा की करूंगा मैं वो बूंदी भावे चार मन कटा लियो पर विह यूके च ही है नाले बेही बूंदी किने खानी जब विह है ही अगले महीने तू दसा क्यों नहीं विह अगली पंज का तुसी मेरी पूरी गल सुन दे कदों पहले तो फोन कर दें तुसी बंदा उधरों डैडी जी करते रहने डैडी जी फिर कटता वो गेड़ा दे दे सरदारा लम्मी बांह करके इत्थे तां गाह पिया है इधर सरदार बाहां लमकाई खड़ा है ओ फुफड़ा गौर ना देख ओ बाहां दे नाल तां मुंह भी लमकाई खड़ा की गल हो गई वीरे शुगर तां नहीं वध गई नचदा गा तो नहीं भैणे मैं तां कहना भई इन्हां नूं भी आख ये भी ना नचण एवें थकी जांदे आ ओ कमाल दी गल है कल्ले कल्ले पुत दा विआह तेरे ते तू भंगड़ा पाउण तों रोकी जांदा सानूं चक दे ढोलिया लोणा गल सुण लोणा लोणा अच्छा व्याह अगले महीने दी 5 तरीक नु है ओ भी इंग्लैंड च ओए असी फिर एवें भंगड़े पापा लत्ता तुड़ाई जाने आ हैं इन्हां ने ता गोड्डे भी हले 3 महीने पहला पाए ने वैसे भैन जी तुसी साडे नाल चंगी नहीं कीती मैं ता जागो कढ़न नु फिरदी सी तुसी साडा जलूस कढ़ा के रखता लोक की कहणगे भई इन्हां दे रिश्तेदार इन्ने वेले ने जड़े महीना पहले ही नचण आ गए हाय मैं ते लुट्टी गई नी मैं पट्टी गई ना तू क्यों लुट्टी गई मैं तो स्टेटस भी पाता सी कि मेरे भतीजे दा विआह ते मैनूं गोडे गोडे चा मेरी ते बेइज्जती हो गई ना हाय हाय नी हुण ते कमेंटां विच भी गालां ही आउणगियां नी मेरा बीपी हाय नी मेरा बीपी कड्ढण लिया तुसी लोकां दीआं बरातां ही खाणा जाणदे हो बस आपदे वारी आखे विआह इंग्लैंड आ असीं कमेटी चक्के सारे टब्बर दे लीड़े बणाते भई गुरमन दे विआह च पावांगे कोई ना वीर जी ओहनूं कर लैण दिओ उत्थे विआह आपां इत्थे पार्टी कर लांगे आ सुण लै पालो आ देख लै तेरा भरा दे लक्षण ਕਹਿੰਦਾ ਇੰਗਲੈਂਡ ਵਿਆਹ ਕਰਨਾ ਉਹ ਪਾਪਾ ਜੀ ਅੱਧਾ ਪਿੰਡ ਤੁਸੀਂ ਉਹੀ ਇੱਥੇ ਇਕੱਠਾ ਕਰਕੇ ਕਮਰਾ ਕਰ ਛੱਡਿਆ ਪਾਪਾ ਜੀ ਇੱਕੋ ਇੱਕ ਤਾਂ ਵੀਰ ਹੈ ਮੇਰਾ 2 ਸਾਲ ਹੋ ਗਏ ਮੈਨੂੰ ਉਹਦੇ ਸਿਹਰੇ ਗੁੰਦਦਿਆਂ ਨੂੰ ਹੁਣ ਮੈਂ ਉਹਨਾਂ ਸਿਹਰਿਆਂ ਦਾ ਕੀ ਕਰਾਂ ਉਹ ਤੂੰ ਮੇਰੇ ਬੰਦ ਹੈ ਹਾਂ ਉਹ ਸਤਿਕਾਰਯੋਗ ਸੌਰਾ ਸਾਹਿਬ ਹੈ ਉਹ ਜਿੱਥੇ ਤੁਸੀਂ ਆਪਣੇ ਮੁੰਡੇ ਲਈ ਕੁੜੀ ਲੱਭ ਰਹੇ ਹੋ ਨਾ ਉੱਥੇ ਆਪਣੀ ਕੁੜੀ ਵਾਸਤੇ ਇੱਕ ਪਰੌਣਾ ਵੀ ਲੱਭ ਲਿਓ ਓ ਯਾਰ ਕਮਾਲ ਦੀ ਗੱਲ ਹੈ ਇੱਕੋ ਇੱਕ ਮੇਰਾ ਸਾਲਾ ਆ ਉਹਨਾਂ ਤੇ ਮੈਨੂੰ ਆਪਣੇ ਵਿਆਹ ਦਾ ਚਾਹ ਨਹੀਂ ਸੀ ਜਿੰਨਾ ਉਹਦੇ ਵਿਆਹ ਦਾ ਚਾਹ ਸੀ ਪਾਪਾ ਜੀ ਤੁਸੀਂ ਸਾਰੇ ਚਾਵਾਂ ਦੀਆਂ ਨਾ ਮਿੱਟੀ ਚ ਬਣਾ ਕੇ ਰੱਖਦੇ ਮੇਰੇ ਅੱਛਾ ਜੀ ਯਾਰ ਉਹ ਛੋਟੇ ਪ੍ਰਾਣਾ ਸਾਹਿਬ ਠੰਡ ਰੱਖੋ ਠੰਡ ਆ ਠੰਡ ਰੱਖਣ ਨੂੰ ਮੇਰਾ ਫ੍ਰਿਜ ਚ ਮੰਜਾ ਡਾਦਾ ਵੱਡੇ ਪ੍ਰਾਣਾ ਸਾਹਿਬ ਤੁਸੀਂ ਤਾਂ ਸਿਆਣੇ ਬਹਿਣੇ ਹੋ ਤੁਸੀਂ ਸਲਝਾਓ ਮਸਲਾ ਕਰੋ ਕੋਈ ਫੈਸਲਾ ਫੈਸਲਾ ਤਾਂ ਲਗਭਗ ਹੋਇਆ ਹੀ ਪਿਆ ਹੈ ਜਿਸ ਤਰ੍ਹਾਂ ਨਵੇਂ ਕੱਪੜੇ ਪਵਾ ਕੇ ਤੁਸੀਂ ਸਾਡੀ ਬੇਇੱਜ਼ਤੀ ਕੀਤੀ ਹੈ ਫੈਸਲਾ ਤਾਂ ਸਰਵ ਸੰਮਤੀ ਨਾਲ ਇਹੀ ਬਣਦਾ ਹੈ ਵੀ ਜਿੱਥੇ ਮੁੰਡਾ ਇੱਕ ਲੱਭਣਾ ਹੈ ਨਾ ਉੱਥੇ 2 ਲੱਭ ਲਿਓ 2 ਲੱਭ ਲਿਓ ਕੀ ਮਤਲਬ ਹੈ ਤੁਹਾਡਾ ਜਿੱਥੇ ਭਤੀਜੀ ਉੱਥੇ ਭੂਆ ਇੱਕ ਥੋੜਾ ਸਿਆਣੀ ਉਮਰ ਦਾ ਲੱਭ ਲਿਓ ਕਰਾ ਲਓ ਸਿਆਣੇ ਤੋਂ ਫੈਸਲਾ ਸਿਆਣੀ ਉਮਰ ਦਾ ਲੱਭ ਲਿਓ ਚਾਚੀ ਵੀ ਹੋਰ ਲੱਭ ਲਿਓ ਹੁਣ ਤੈਨੂੰ ਕੀ ਬਿਮਾਰੀ ਪੈ ਗਈ ਮੇਰੇ ਪੇਕੇ ਤੇ ਤੁਰ ਪਏ ਹੋਏ ਨਾ ਪੀਲੀ ਪੀਤ ਤੋਂ ਮੈਂ ਤੇ ਉਹਨਾਂ ਨੂੰ ਸਟੇਸ਼ਨ ਤੇ ਲੈਣ ਜਾਣਾ ਸੀ ਮੇਰੀ ਤੇ ਕਰਾਤੀ ਨਾ ਬੇਇੱਜ਼ਤੀ ਮੈਂ ਤੇ ਨਹੀਂ ਮੁੜਦੀ ਉਹਨਾਂ ਨੂੰ ਲੈਣ ਗਈ ਕਿਉਂ ਮੈਂ ਤੇ ਉਸੇ ਗੱਡੀ ਦੇ ਥੱਲੇ ਆਣ ਕੇ ਮਰੂੰ ਉਹ ਤੂੰ ਗੱਡੀ ਨਾ ਪਲਟਾ ਦੀ ਗੱਲ ਸੁਣ ਪੰਚਾਇਤ ਤਾਂ ਬੜੀ ਫੁਕਰੀ ਮਾਰਦਾ ਸੀ ਅੱਗੇ ਗੱਜ ਵੱਜ ਕੇ ਵਿਆਹ ਕਰਨਾ ਨਾਲੇ ਪੰਮੀ ਬਾਈ ਲਾਉਣਾ ਹੈ ਨਾ ਮੁੰਡਾ ਇੱਥੇ ਨਾ ਕੁੜੀ ਇੱਥੇ ਤੇ ਪੰਮੀ ਬਾਈ ਨੇ ਇੱਥੇ ਆ ਕੇ ਕਾਹਦੇ ਤੇ ਛੀ ਕਰਨਾ ਬੇ ਪੁੱਤ ਲੜੋ ਨਾ ਹੌਸਲਾ ਰੱਖੋ ਸਾਥੋਂ ਹੌਸਲਾ ਰੱਖੇ ਜਾਣਾ ਤੁਸੀਂ ਆਪਣੀ ਕੁੜੀ ਰੱਖੋ ਉਹ ਕੁੜੀ ਨਹੀਂ ਓਏ ਕੁੜੀਆਂ ਰੱਖੋ ਪੁੱਤ ਮੈਂ ਕਰਦਾ ਕੁਛ